ਸਾਡੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੇ ਵਿੱਚ ਵਾਹੀ ਕੀਤੀ। ਅੱਜ ਗੁਰੂ ਨਾਨਕ ਸਾਹਿਬ ਦੀ ਫੋਟੋ ਕਿਤੇ ਮੁਸ਼ਕਲ ਨਾਲ ਲੱਭਦੀ, ਅੱਗੇ ਮੈਨੂੰ ਵੀ ਪਤਾ ਨੀ ਕਿੰਨੇ ਕੁ ਜਦੋਂ ਦੀਵਾਲੀ ਹੁੰਦੀ ਸੀ ਨਾ ਤੇ ਦੀਵਾਲੀ ਵਾਲੇ ਦਿਨ ਲਿਆ ਕੇ ਲਾਈ ਦੀ ਹੁੰਦੀਆਂ ਸੀ ਫੋਟੋ, ਗੁਰੂ ਨਾਨਕ ਸਾਹਿਬ ਜੀ ਵਾਹੀ ਕਰਦੇ ਬੰਦੇ ਸੀ। ਹੁਣ ਅੱਜ ਕੱਲ ਦੇ ਬਾਬੇ ਨੇ ਇਹਨਾਂ ਨੇ ਉਹ ਫੋਟੋ ਬਦਲਤੀ। ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਭਾਇਆ ਸ਼ੇਰ ਦੀ ਖੱਲ ਤੇ, ਦੋ ਮੋਰ ਨੇ, ਤਿੰਨ ਚਾਰ ਭਗਤਾਂ ਨੇ, ਕਿਲੋ ਕੁ ਸੇ ਨੇ, ਅੱਧਾ ਕਿਲੋ ਕੇਲੇ ਰੱਖੇ ਨੇ, ਇੱਕ ਪਿੱਛੋਂ ਝਰਨਾ ਵਗਦਾ ਪਿਆ ਹੈ, ਚਿੱਟੀ ਚਾਦਰ ਵਿਛੀ ਹੋਈ ਹੈ, ਗੁਰੂ ਨਾਨਕ ਸਾਹਿਬ ਬੜਾ ਚੌਂਕੜਾ ਮਾਰ ਕੇ ਬੈਠੇ ਨੇ ਜਿਵੇਂ ਬੜੇ ਵਿਹਲੇ ਹੁੰਦੇ ਨੇ, ਤੇ ਬੜਾ ਰੰਗ ਹੈ ਭਖਦਾ ਲਾਲ ਰੱਤਾ ਜਿਵੇਂ ਕੋਈ ਸ਼ਾਹੂਕਾਰ ਕਿਤੇ ਹੱਟੀ ਤੇ ਬੈਠਾ ਹੁੰਦਾ। ਗੁਰੂ ਨਾਨਕ ਸਾਹਿਬ ਐਸੇ ਨਹੀਂ ਸਨ, ਗੁਰੂ ਨਾਨਕ ਸਾਹਿਬ ਦੇ ਹੱਥ ਵੀ ਤੁਹਾਡੇ ਹੱਥਾਂ ਵਰਗੇ ਸਖਤ ਸਨ, ਪਾਟੇ ਹੋਏ। ਗੁਰੂ ਨਾਨਕ ਸਾਹਿਬ ਦੇ ਵੀ ਦਾੜਾ ਸਾਰਾ ਖਿਲ ਰਿਹਾ, ਕਿਤੇ ਹੋ ਸਕਦਾ ਮਿੱਟੀ ਕੱਟਾ, ਉਹੀ ਪੁਰਾਣੀ ਪੱਗ, ਉਹੀ ਪੁਰਾਣੀ ਲੀੜੇ। ਗੁਰੂ ਨਾਨਕ ਸਾਹਿਬ ਐਸੇ ਨਹੀਂ ਸਨ। ਜੇ ਗੁਰੂ ਨਾਨਕ ਸਾਹਿਬ ਦੀ ਸ਼ਕਲ ਦੀ ਗੱਲ ਕਰਨੀ ਤਾਂ ਤੁਸੀਂ ਸਾਰੇ ਕਿਸਾਨ ਜਿਵੇਂ ਬੈਠੇ ਜੇ ਇਹੋ ਜਿਹੇ ਸਨ, ਜਿੱਦਾਂ ਕਣਕ ਝੋਨਾ ਵੱਢ ਕੇ ਆਉਣੇ ਨਾ ਜਿਹੋ ਜਿਹੇ ਨੇ, ਗੁਰੂ ਨਾਨਕ ਸਾਹਿਬ ਐਸੇ ਸਨ। ਇਹਨਾਂ ਨੇ ਹੁਣ ਕੀ ਕੀਤਾ ਏ ਵੀ ਗੁਰੂ ਨਾਨਕ ਵਰਗੇ ਹੋਈਏ? ਬੜਾ ਔਖਾ ਆ, ਉਹ ਤਾਂ ਪੰਗੇ ਹੀ ਪੁੱਠੇ ਪਾਉਂਦਾ। ਖੇਤੀ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤਾਂ ਇਹਨਾਂ ਨੇ ਇੱਕ ਫਾਰਮੂਲਾ ਬਣਾਇਆ ਵੀ ਗੁਰੂ ਨਾਨਕ ਨੂੰ ਆਪਦੇ ਵਰਗਾ ਬਣਾ ਲਓ, ਨਹੀਂ ਬਣਿਆ ਜਾਂਦਾ ਤਾਂ ਫਿਰ ਕੀ? ਆਪਾਂ ਗੁਰੂ ਨਾਨਕ ਵਰਗੇ ਨਹੀਂ ਬਣ ਸਕਦੇ, ਨਾ ਸੀ ਆਪਾਂ, ਤੁਸੀਂ ਗੁਰੂ ਨਾਨਕ ਨੂੰ ਆਪਦੇ ਵਰਗਾ ਬਣਾ ਲਓ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਫਿੱਟੂ ਇਹਵਾ ਜੀਵਿਆ ਜਿਤ ਖਾਏ ਵਧਾਇਆ ਪੇਟ। ਫਿੱਟ ਇਹਵਾ ਜੀਵਿਆ ਜਿਤ ਖਾਏ ਵਧਾਇਆ ਪੇਟ, ਵੀ ਜਿਹਨੇ ਖਾ ਖਾ ਕੇ ਢਿੱਡ ਵਧਾਇਆ ਨਾ, ਫਿੱਟੇ ਮੂੰਹ ਦੇ ਜਿਉਣ ਦੇ। ਤੇ ਸਾਡੇ ਕਈ ਬਾਬੇ ਨੇ ਜਿਹਨਾਂ ਨੂੰ ਤਿੰਨ ਬੰਦਿਆਂ ਤੋਂ ਘੱਟ ਜਿਹੜੀ ਤੋਰੀ ਨਹੀਂ ਛੱਡਦੇ, ਤਿੰਨ ਬੰਦੇ ਕੱਛਾਂ ਤੋਂ ਹੱਥ ਦੇ ਕੇ ਤੋਰਦੇ ਨੇ। ਇੱਕ ਨਿਹੰਗ ਸਿੰਘ ਬਾਬਾ ਮੈਂ ਵੇਖਿਆ ਹੈ, ਉਹ ਜਦੋਂ ਝਾੜੇ ਫਿਰ ਕੇ ਆ ਜਾਂਦਾ ਸੀ ਨਾ, ਉਹ ਹੱਥ ਨਹੀਂ ਸੀ ਆਪਦੇ ਆਪ ਧੋ ਸਕਦਾ, ਬਾਹ ਓਡੀ ਰਹਿ ਗਈ, ਢਿੱਡ ਵੱਧ ਗਿਆ, ਉਹ ਐਂ ਜੀ ਹੱਥ ਹੀ ਨਹੀਂ ਸੀ ਪੈਂਦਾ। ਦੋ ਸਿੰਘ ਸੀ, ਉਹ ਖੇਸ ਦਾ ਬਣਾ ਕੇ ਨਾ ਵੱਟਣਾ ਜਾ, ਇੱਕ ਜਣਾ ਅੱਗੋ ਫੜਦਾ ਸੀ, ਇੱਕ ਜਣਾ ਫਿਰ ਇੱਕ ਬਾਲਟੀਆਂ ਨਾਲ ਪਾਣੀ ਛੱਡਦਾ, ਤੋਂ ਐਂ ਫੇਰਦੇ ਸੀ ਬਾਬੇ ਜੀ ਦਾ ਝਾੜਾ ਧੋਂਦੇ ਸੀ ਕਿ ਨਾ ਲੈਣ ਕੇ ਬਾਬੇ ਨਾਨਕ ਦਾ। ਬਾਬੇ ਨਾਨਕ ਨੇ ਤਾਂ ਫਿੱਟੇ ਮੂੰਹ ਕਹਿ ਤਾਂ ਕਿ ਤੁਹਾਡਾ ਸੁਰ ਫਿੱਟੇ ਮੂੰਹ ਤੁਹਾਡੇ ਜੀਵਨ ਦਾ, ਜਿਹਨਾਂ ਖਾ ਖਾ ਪੇਟ ਵਧਾਇਆ। ਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਮੁੰਨੀ ਦੇ ਹਲ ਦਾ ਮੁੰਨਾ ਫੜਿਆ ਨਾ, ਤਾਂ ਉਹਨਾਂ ਨਾਰਾ ਦਿੱਤਾ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਕੋਈ ਐ ਨਹੀਂ ਗਾ ਬੈਠੇ ਬੈਠਿਆਂ ਬੋਲਤਾ, ਉਹ ਇੱਕ ਵਿਚਾਰ ਸੀ। ਅੱਜ ਕਿਸੇ ਬਾਬੇ ਨੇ ਸਾਨੂੰ ਨਹੀਂ ਇਹ ਦੱਸਣਾ, ਇੱਕ ਵਿਚਾਰ ਸੀ, ਕਿਰਤ ਕਰੋ। ਲੋਕ ਭੁੱਖੇ ਮਰਦੇ ਸੀ, ਖੇਤੀ ਹੈ ਕੋਈ ਨਹੀਂ ਸੀ, ਤਾਂ ਉਹਨਾਂ ਕਿਰਤ ਕਰਨ ਦਾ ਦਿੱਤਾ ਵੀ ਕੰਮ ਕਰੋ, ਪੈਦਾ ਕਰੋ, ਆਪ ਖਾਓ ਤੇ ਲੋਕਾਂ ਨੂੰ ਵੀ ਖਵਾਓ, ਆਓ ਮੈਂ ਕਰਨਾ ਹੈ ਖੇਤੀ। ਕਿਉਂਕਿ ਆਗੂ ਸੀ ਨਾ ਸਾਡੇ, ਉਹਨਾਂ ਨੇ ਖੇਤੀ ਕੀਤੀ, ਕਰਕੇ ਦੱਸੀ ਤੇ ਲੋਕਾਂ ਨੂੰ ਲਾਇਆ। 550 ਸਾਲ ਪਹਿਲਾਂ ਸੁਨੇਹਾ ਦਿੱਤਾ ਵੀ ਕਿਰਤ ਕਰੋ। ਸਾਡੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੇ ਵਿੱਚ ਵਾਹੀ ਕੀਤੀ। ਅੱਜ ਗੁਰੂ ਨਾਨਕ ਸਾਹਿਬ ਦੀ ਫੋਟੋ ਕਿਤੇ ਮੁਸ਼ਕਲ ਨਾਲ ਲੱਭਦੀ, ਅੱਗੇ ਮੈਨੂੰ ਵੀ ਪਤਾ ਨੀ ਕਿੰਨੇ ਕੁ ਜਦੋਂ ਦੀਵਾਲੀ ਹੁੰਦੀ ਸੀ ਨਾ ਤੇ ਦੀਵਾਲੀ ਵਾਲੇ ਦਿਨ ਲਿਆ ਕੇ ਲਾਈ ਦੀ ਹੁੰਦੀਆਂ ਸੀ ਫੋਟੋ, ਗੁਰੂ ਨਾਨਕ ਸਾਹਿਬ ਜੀ ਵਾਹੀ ਕਰਦੇ ਬੰਦੇ ਸੀ। ਹੁਣ ਅੱਜ ਕੱਲ ਦੇ ਬਾਬੇ ਨੇ ਇਹਨਾਂ ਨੇ ਉਹ ਫੋਟੋ ਬਦਲਤੀ। ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਭਾਇਆ ਸ਼ੇਰ ਦੀ ਖੱਲ ਤੇ, ਦੋ ਮੋਰ ਨੇ, ਤਿੰਨ ਚਾਰ ਭਗਤਾਂ ਨੇ, ਕਿਲੋ ਕੁ ਸੇ ਨੇ, ਅੱਧਾ ਕਿਲੋ ਕੇਲੇ ਰੱਖੇ ਨੇ, ਇੱਕ ਪਿੱਛੋਂ ਝਰਨਾ ਵਗਦਾ ਪਿਆ ਹੈ, ਚਿੱਟੀ ਚਾਦਰ ਵਿਛੀ ਹੋਈ ਹੈ, ਗੁਰੂ ਨਾਨਕ ਸਾਹਿਬ ਬੜਾ ਚੌਂਕੜਾ ਮਾਰ ਕੇ ਬੈਠੇ ਨੇ ਜਿਵੇਂ ਬੜੇ ਵਿਹਲੇ ਹੁੰਦੇ ਨੇ, ਤੇ ਬੜਾ ਰੰਗ ਹੈ ਭਖਦਾ ਲਾਲ ਰੱਤਾ ਜਿਵੇਂ ਕੋਈ ਸ਼ਾਹੂਕਾਰ ਕਿਤੇ ਹੱਟੀ ਤੇ ਬੈਠਾ ਹੁੰਦਾ। ਗੁਰੂ ਨਾਨਕ ਸਾਹਿਬ ਐਸੇ ਨਹੀਂ ਸਨ, ਗੁਰੂ ਨਾਨਕ ਸਾਹਿਬ ਦੇ ਹੱਥ ਵੀ ਤੁਹਾਡੇ ਹੱਥਾਂ ਵਰਗੇ ਸਖਤ ਸਨ, ਪਾਟੇ ਹੋਏ। ਗੁਰੂ ਨਾਨਕ ਸਾਹਿਬ ਦੇ ਵੀ ਦਾੜਾ ਸਾਰਾ ਖਿਲ ਰਿਹਾ, ਕਿਤੇ ਹੋ ਸਕਦਾ ਮਿੱਟੀ ਕੱਟਾ, ਉਹੀ ਪੁਰਾਣੀ ਪੱਗ, ਉਹੀ ਪੁਰਾਣੀ ਲੀੜੇ। ਗੁਰੂ ਨਾਨਕ ਸਾਹਿਬ ਐਸੇ ਨਹੀਂ ਸਨ।
ਜੇ ਗੁਰੂ ਨਾਨਕ ਸਾਹਿਬ ਦੀ ਸ਼ਕਲ ਦੀ ਗੱਲ ਕਰਨੀ ਤਾਂ ਤੁਸੀਂ ਸਾਰੇ ਕਿਸਾਨ ਜਿਵੇਂ ਬੈਠੇ ਜੇ ਇਹੋ ਜਿਹੇ ਸਨ, ਜਿੱਦਣ ਕਣਕ ਝੋਨਾ ਵੱਢ ਕੇ ਆਉਣੇ ਨਾ ਜਿਹੋ ਜਿਹੇ ਨੇ, ਗੁਰੂ ਨਾਨਕ ਸਾਹਿਬ ਐਸੇ ਸਨ। ਇਹਨਾਂ ਨੇ ਹੁਣ ਕੀ ਕੀਤਾ ਏ ਵੀ ਗੁਰੂ ਨਾਨਕ ਵਰਗੇ ਹੋਈਏ ਬੜਾ ਔਖਾ ਆ, ਉਹ ਤਾਂ ਪੰਗੇ ਹੀ ਪੁੱਠੇ ਪਾਉਂਦਾ। ਖੇਤੀ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤਾਂ ਇਹਨਾਂ ਨੇ ਇੱਕ ਫਾਰਮੂਲਾ ਬਣਾਇਆ ਵੀ ਗੁਰੂ ਨਾਨਕ ਨੂੰ ਆਪਦੇ ਵਰਗਾ ਬਣਾ ਲਓ, ਨਹੀਂ ਬਣਿਆ ਜਾਂਦਾ ਤਾਂ ਫਿਰ ਕੀ? ਆਪਾਂ ਗੁਰੂ ਨਾਨਕ ਵਰਗੇ ਨਹੀਂ ਬਣ ਸਕਦੇ ਨਾ ਜੀ, ਆਪਾਂ ਤੁਸੀਂ ਗੁਰੂ ਨਾਨਕ ਨੂੰ ਆਪਦੇ ਵਰਗਾ ਬਣਾ ਲਓ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਫਿੱਟੂ ਇਹਵਾ ਜੀਵਿਆ ਜਿਤ ਖਾਏ ਵਧਾਇਆ ਪੇਟ। ਫਿੱਟ ਇਹਵਾ ਜੀਵਿਆ ਜਿਤ ਖਾਏ ਵਧਾਇਆ ਪੇਟ, ਵੀ ਜਿਹਨੇ ਖਾ ਖਾ ਕੇ ਢਿੱਡ ਵਧਾਇਆ ਨਾ, ਫਿੱਟੇ ਮੂੰਹ ਦੇ ਜਿਉਣ ਦੇ। ਤੇ ਸਾਡੇ ਕਈ ਬਾਬੇ ਨੇ ਜਿਹਨਾਂ ਨੂੰ ਤਿੰਨ ਬੰਦਿਆਂ ਤੋਂ ਘੱਟ ਜਿਹੜੀ ਤੋਰੀ ਨਹੀਂ ਛੱਪਦੇ, ਤਿੰਨ ਬੰਦੇ ਕੱਛਾਂ ਤੋਂ ਹੱਥ ਦੇ ਕੇ ਤੋਰਦੇ ਨੇ। ਇੱਕ ਨਿਹੰਗ ਸਿੰਘ ਬਾਬਾ ਮੈਂ ਵੇਖਿਆ ਹੈ, ਉਹ ਜਦੋਂ ਝਾੜੇ ਫਿਰ ਕੇ ਆ ਜਾਂਦਾ ਸੀ ਨਾ, ਉਹ ਹੱਥ ਨਹੀਂ ਸੀ ਆਪਦੇ ਆਪ ਧੋ ਸਕਦਾ, ਬਾਹ ਓਡੀ ਰਹਿ ਗਈ, ਢਿੱਡ ਵੱਧ ਗਿਆ, ਉਹ ਐਂ ਜੀ ਹੱਥ ਹੀ ਨਹੀਂ ਸੀ ਪੈਂਦਾ। ਦੋ ਸਿੰਘ ਸੀ, ਉਹ ਖੇਸਦਾ ਬਣਾ ਕੇ ਨਾ ਵੱਟਣਾ ਜਾ, ਇੱਕ ਜਣਾ ਅੱਗੋਂ ਫੜਦਾ ਸੀ, ਇੱਕ ਜਣਾ ਫਿਰ ਇੱਕ ਬਾਲਟੀਆਂ ਨਾਲ ਪਾਣੀ ਛੱਡਦਾ, ਤੋਂ ਐਂ ਫੇਰਦੇ ਸੀ ਬਾਬੇ ਜੀ ਦਾ ਝਾੜਾ ਧੋਂਦੇ ਸੀ ਕਿ ਨਾ ਲੈਣ ਕੇ ਬਾਬੇ ਨਾਨਕ ਦਾ। ਬਾਬੇ ਨਾਨਕ ਨੇ ਤਾਂ ਫਿੱਟੇ ਮੂੰਹ ਕਹਿ ਤਾਂ ਕਿ ਤੁਹਾਡਾ ਸੁਰ ਫਿੱਟੇ ਮੂੰਹ ਤੁਹਾਡੇ ਜਿਉਂ, ਜਿੰਨਾ ਖਾ ਖਾ ਪੇਟ ਵਧਾਇਆ। ਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਮੁੰਨੀ ਦੇ ਹਲ ਦਾ ਮੁੰਨਾ ਫੜਿਆ ਨਾ, ਤਾਂ ਉਹਨਾਂ ਨਾਰਾ ਦਿੱਤਾ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਕੋਈ ਐ ਨਹੀਂ ਗਾ ਬੈਠੇ ਬੈਠਿਆਂ ਬੋਲਤਾ, ਉਹ ਇੱਕ ਵਿਚਾਰ ਸੀ। ਅੱਜ ਕਿਸੇ ਬਾਬੇ ਨੇ ਸਾਨੂੰ ਨਹੀਂ ਇਹ ਦੱਸਣਾ, ਇੱਕ ਵਿਚਾਰ ਸੀ। ਕਿਰਤ ਕਰੋ, ਲੋਕ ਭੁੱਖੇ ਮਰਦੇ ਸੀ, ਖੇਤੀ ਹੈ ਕੋਈ ਨਹੀਂ ਸੀ, ਤਾਂ ਉਹਨਾਂ ਕਿਰਤ ਕਰਨ ਦਾ ਦਿੱਤਾ ਵੀ ਕੰਮ ਕਰੋ, ਪੈਦਾ ਕਰੋ, ਆਪ ਖਾਓ ਤੇ ਲੋਕਾਂ ਨੂੰ ਵੀ ਖਵਾਓ, ਆਓ ਮੈਂ ਕਰਨਾ ਹੈ ਖੇਤੀ। ਕਿਉਂਕਿ ਆਗੂ ਸੀ ਨਾ ਸਾਡੇ, ਉਹਨਾਂ ਨੇ ਖੇਤੀ ਕੀਤੀ ਕਰਕੇ ਦੱਸੀ ਤੇ ਲੋਕਾਂ ਨੂੰ ਲਾਇਆ। 550 ਸਾਲ ਪਹਿਲਾਂ ਸੁਨੇਹਾ ਦਿੱਤਾ ਵੀ ਕਿਰਤ ਕਰੋ,